कौन से शहर से हो? मैं फिरोजपुर से, पंजाब। जब उसने नाम लिया दे भी मैं फिरोजपुर का रहने वाला, तो फिर मैं लभना शुरू किया। सो आखिर में मेरी खोज पूरी हो गई तो बंदे आप लिया फड़ ला। आओ फिर तुम मिलाने। सत श्री अकाल, वेलकम, आदाब, अस्सलाम वालेकम उन्होंने सारे दर्शकों ने जिहड़े इस वेले देख रहे हैं मेरा यूट्यूब चैनल। सो हरिंदर पुल्लर तुहाडा सारयां दा खाता बहुत बहुत स्वागत नवे नकोर व्लॉग दे विच। इस बार एक शख्सियत दे नाल तुहानूं मिलाउण जा रहे हैं क्योंकि मेरा डिस्ट्रिक्ट है फिरोजपुर, तो फिरोजपुर के नेड़े तेड़े जिन्हें भी कलाकार ने मैनूं बहुत प्रभावित करते हैं, मैं उन्होंने तो हमेशा इंस्पीरेशन लैंदा रहिंदा। सो एक कलाकार नवे हुण मैनूं पता लग्गिया, कलाकार तो पुराना पर मैनूं नवा नवा पता लग्गिया। सो एक रियलिटी शो है एक चैनल का, कलर चैनल का, उहदे उत्ते मैं उसनूं सुणिया। जो उसने नाम लिया दे भी मैं फिरोजपुर का रहने वाला, तो फिर मैं लभना शुरू किया। सो आखिर में मेरी खोज पूरी हो गई तो बंदे आप लिया फड़ ला। आओ फिर तुम मिलाने। हाँ, जेकर चैनल पर नवे नवे तो सबसक्राइब जरूर कर दो, तो नाल कैंटी वाला बटन भी दबाना है। सो आओ मिलते हैं गुरजीत। ਅਸੀਂ ਗੁਰਜੀਤ ਸਿੰਘ ਨੂੰ ਘਰੋਂ ਕਰ ਲਿਆ ਅਗਵਾ ਤੇ ਨਾਲ ਨਾਲ ਲੈ ਲਿਆ ਕਗਵਾ। ਇਹਨਾਂ ਦੇ ਬ੍ਰਦਰ ਨੇ ਵੱਡੇ ਨਾਨਕ ਜੀ। ਸੋ ਇੱਥੋਂ ਆਪਾਂ ਜਾਣਾ ਕਿਸੇ ਨਵੇਕਲੀ ਜੀ ਥਾਂ 'ਤੇ, ਸੁੰਨਸਰਾਂ ਜੀ ਥਾਂ 'ਤੇ, ਜਿੱਥੇ ਜਾ ਕੇ ਇਹਨਾਂ ਨਾਲ ਕਰਨੀਆਂ ਗੱਲਾਂ ਬਾਤਾਂ ਅਤੇ ਸੰਗੀਤ ਮਹਿਫਲ ਲਈ ਲਾਉਣੀ ਹੈ। ਆਓ ਸਾਹਮਣੇ ਗੁਰਜੰਟ ਪੁੱਲਰ ਤੁਹਾਨੂੰ ਨਜ਼ਰ ਆ ਜਾਣਗੇ। ਉਹ ਦੇਖੋ ਭੰਗਰ ਭਾਈਚਾਰਾ, ਸਰਦਾਰ ਗੁਰਜੰਟ ਸਿੰਘ ਜੀ ਪੁੱਲਰ, ਉਹ ਲੈ ਕੇ ਚੱਲੇ ਨੇ ਸਾਨੂੰ ਕਿਸੇ ਮੋਟਰ ਮਾਟਰ 'ਤੇ, ਪਤਾ ਨਹੀਂ ਕਿਹੜੀ 'ਤੇ ਲੈ ਕੇ ਜਾਣਾ ਹੋਵੇ। ਇਹ ਮੋਟਰ 'ਤੇ ਜ਼ਿਆਦਾਤਰ सफर शुरू। देखो गुरजंट सिंह जी पुल्लर भूरे कला वाले पुल्लर भाईचारा अगे अगे जा रहे ने। असि हम नवेकली जी थां इस करके लभदे वी संगीतक महफल लाउणी होवे जां संगीत वाले बंदे नाल गल्लबात करनी होवे ते आसे पासे फिर होर साउंड डिस्टरबेंस वाली कोई भी इस तरह की चीज़ नहीं वापरनी चाहिए। सामने आ गई मोटर, सानू दिस गई है। ओ मोटर ते असी ला देनी संगीतक महफल, संगीत वाले बंदे नाल करनी है गलबात। सो आओ फिर तुहानू मैं मिला दिया गुरजीत सिंह दे नाल। गुरजीत सिंह जी सत श्री अकाल। सत श्री अकाल जी। कैसा लगता है? बहुत बढ़िया है गुरजीत ने ना, मैं हिंदी बोलते सुनया चैनल ते, तुहानू विच विच क्लिप दिखाउंदा भी रहूंगा मैं। कौन से शहर से हो? मैं फिरोजपुर से, पंजाब। तो उत्थे मैं हिंदी सुनया, फिर जदों कहा मैं फिरोजपुर से हूँ, तो मैं कह फिरोजपुर दे विच भी बंदे इन्नी वधिया हिंदी बोलने वाले पे, उत्थे नवी नवी सीखी सी के नहीं? शुरू तो बोलदे। अच्छा, शुरू तो बोलदे। हां जी। अच्छा।
ਦੁਰਗਾ ਦੂਰ ਦਿਲਾਂ ਦੇ ਜਾਨੀ ਤੇ ਦੱਸੋ ਕਿਦਰਾ ਦਿਲ ਪਰਤਾ ਦੱਸੋ ਕਾਦੇ ਨਾਲ ਬੁਝਾ। ਇੱਕ ਗੱਲ ਦੱਸੋ ਵੀ ਫਿਰੋਜ਼ਪੁਰ ਤਾਂ ਮੈਂ ਦੱਸ ਦਿੱਤਾ ਆਪਦੇ ਪਿੰਡ ਦਾ ਨਾਂ ਦੱਸ ਦਿੱਤਾ ਮਹਿਲ ਸਿੰਘ ਵਾਲਾ ਤੇ ਮੈਂ ਮਹਿਲ ਸਿੰਘ ਵਾਲਾ ਬਾਰੇ ਮੈਂ ਦੱਸ ਦਿਆਂ, ਮੈਂ ਮਹਿਲ ਸਿੰਘ ਵਾਲੇ ਕੋਲੋਂ ਮੈਂ ਬਹੁਤ ਵਾਰੀ ਲੰਘਿਆ ਪਰ ਮੈਨੂੰ ਪਤਾ ਨਹੀਂ ਸੀ ਵੀ ਇੱਥੇ ਮਹਿਲ ਵੀ ਹੈਗੇ ਨੇ। ਉਹ ਜਦੋਂ ਆਪਾਂ ਜੰਗਾਂ ਵਾਲਾ ਮੋੜ ਸਾਰੇ ਜਾਣਦੇ ਹੋਣਗੇ, ਗੁਰੂ ਸਾਹਿਬ ਸੋਰੀ ਆਪਾਂ ਫਾਜ਼ਿਲਕਾ ਬੋਹਰ ਰੋਡ ਨੂੰ ਜਾਂਦੇ ਹਾਂ, ਜੰਗਾਂ ਭੂਰੇ ਕਲਾਂ ਤੋਂ ਅੱਗੇ ਲੰਘ ਕੇ ਜੰਗਾਂ ਵਾਲਾ ਮੋੜ ਆਉਂਦਾ BSF, ਜਿਵੇਂ ਹੀ ਕ੍ਰੋਸ ਕਰੋਗੇ ਜੰਗਾਂ ਵਾਲੇ ਮੋੜ ਤੋਂ ਰਾਈਟ ਟਰਨ ਮਾਰ ਜਾਓ, ਉਬੜ ਖਾਬੜ ਰਸਤਾ, ਤੁਸੀਂ ਇਹ ਵੀਡੀਓ 'ਚ ਵੇਖ ਹੀ ਰਹੇ ਹੋਗੇ ਨਾਲ ਨਾਲ। ਪਰ ਉਖੜੇ ਪਿੰਡਾਂ ਦੇ ਵਿੱਚੋਂ ਹੀ ਇਹੋ ਜਿਹੇ ਕਲਾਕਾਰ ਫਿਰ ਨਿਕਲ ਕੇ ਆਉਂਦੇ ਹਨ। ਗਰੀਬੀ ਵਿੱਚ ਹੀ ਪਣਪਦਾ ਹੈ ਸ਼ਾਇਰਾਨਾ ਰੰਗ, ਅਕਸਰ ਕੋਈ ਆਯਾਸ਼ ਨਹੀਂ ਬਣਦਾ ਸੁਖਨ ਵਰ ਨਾਮ ਵਰ ਯਾਰੋ। ਸੋ ਆਹ ਆਪਾਂ ਨੂੰ ਮਿਲਿਆ ਹੀਰਾ ਸਾਡੇ ਇਲਾਕੇ ਦਾ, ਬੜੀ ਖੁਸ਼ੀ ਹੋਈ ਮੈਨੂੰ ਵੇਖ ਕੇ ਕਲਮ। ਥੈਂਕ ਯੂ। ਵਹੀ ਮੇਰਾ ਸੱਚ ਹੈ, ਵਹੀ ਮੇਰੀ ਜ਼ਿੰਦਗੀ, ਦਿਲ ਵਿੱਚ ਸਾਂਸ ਹੈ ਮੇਰੀ, ਰੁੱਠੇ ਨੂੰ ਮਨਾਉਣਾ ਆਉਂਦਾ ਨਹੀਂ, ਕਦੀ ਵੀ ਨਾ ਰੁੱਠਣਾ ਤੂੰ ਮੁਝਸੇ, ਆਪਾਂ ਬਸ ਸਿੱਖਿਆ ਯਾਰ ਨਿਭਾਣਾ, ਜਬ ਸੇ ਜੁੜੀ ਹੈ ਜਾਨ ਤੁਝਸੇ ਓ ਯਾਰਾ ਮੇਰੇ, ਖੈਰ ਮੰਗਦਾ ਮੈਂ ਤੇਰੀ ਰੱਬਾ ਸੇ ਯਾਰਾ, ਖੈਰ ਮੰਗਦਾ ਮੈਂ ਤੇਰੀ, ਯਾਰ ਬਿੰਜੀ ਨਾ ਸਿਖਾ ਦੇ ਰੱਬਾ ਮੇਰੇ, ਮੰਗਦਾ ਮੈਂ ਤੇਰੀ। ਤਾਂ ਇੱਕ ਬਰੀਫ ਜੀ ਜਾਣਕਾਰੀ ਆਪਾਂ ਪਹਿਲਾਂ ਲੈਂਦੇ ਹਾਂ, ਕਿਵੇਂ ਸਫ਼ਰ ਸ਼ੁਰੂ ਹੋਇਆ? ਸਫ਼ਰ ਮਿਊਜ਼ਿਕ ਦਾ ਆਪਣਾ ਜੋ ਹੁਨਰਬਾਜ ਦਾ ਆਪਣਾ, ਮੈਨੂੰ ਜਿੱਦਾਂ ਇੱਕ ਆਡੀਸ਼ਨ ਦਾ ਦੇਖਿਆ ਸੀਗਾ ਮੈਂ ਯੂਟਿਊਬ ਚੈਨਲ 'ਤੇ, ਗੂਗਲ 'ਤੇ ਵੀ ਸਰਚ ਕਰਕੇ ਦੇਖਿਆ ਸੀਗਾ ਜੀ, ਉਹਨਾਂ ਦੇ ਦਿੱਲੀ 'ਚ ਆਡੀਸ਼ਨ ਸੀਗੇ, ਤਕਰੀਬਨ ਆਡੀਸ਼ਨ ਆਪਾਂ ਦਿੱਤੇ ਸੀਗੇ ਆਪਣਾ ਸਪਤੰਬਰ 'ਚ, 24 ਸਪਤੰਬਰ ਨੂੰ ਆਡੀਸ਼ਨ ਦਿੱਤੇ ਸੀਗੇ। ਓਕੇ। ਉਸ ਤੋਂ ਬਾਅਦ ਉਹਨਾਂ ਦਸੰਬਰ ਦੇ ਵਿੱਚ ਮੈਨੂੰ ਦਿੱਲੀ ਵੀ ਆਡੀਸ਼ਨ ਲਈ ਬੁਲਾਇਆ ਸੀਗਾ, ਔਨਲਾਈਨ ਵੀ ਆਡੀਸ਼ਨ ਹੋਏ ਆ। ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮੈਨੂੰ ਸੁਣਿਆ, ਬਾਅਦ 'ਚੋਂ ਆਡੀਸ਼ਨ ਆਪਣਾ ਦਿੱਲੀ 'ਚ ਵੀ ਕਲੀਅਰ ਕੀਤਾ, ਦਿੱਲੀ 'ਚ ਆਡੀਸ਼ਨ ਚਾਰ ਰਾਊਂਡ ਕਲੀਅਰ ਕੀਤੇ ਕੈਮਰੇ ਤੋਂ ਸੈੱਟ ਤੋਂ ਪਿੱਛੇ। ਉਸ ਤੋਂ ਬਾਅਦ ਆਪਣਾ ਜੋ ਆਡੀਸ਼ਨ ਦਿੱਤਾ ਸੀਗਾ ਮੈਂ ਬੰਬੇ ਵੀ ਜਾ ਕੇ, ਮੇਰੇ ਆਡੀਸ਼ਨ 3-4 ਹੋਏ ਸੀਗੇ ਕੈਮਰੇ ਤੋਂ ਪਿੱਛੇ। ਉਸ ਤੋਂ ਬਾਅਦ ਜਿਹੜਾ ਆਪਾਂ ਤੁਸੀਂ ਸਾਰੇ ਦੇਖ ਚੁੱਕੇ ਹਾਂ ਕਿ ਆਪਣਾ ਜੋ ਰਿਐਲਿਟੀ ਦੇ ਵਿੱਚ ਮੇਰਾ ਜੋ ਵੀ ਪਰਫੋਰਮ ਮੈਂ ਕੀਤਾ, ਜੋ ਦੱਸਿਆ ਸੀਗਾ, ਪੜ੍ਹੇ ਫਿਰ ਇੱਥੇ ਹੀ? ਹਾਂ, ਨਹੀਂ ਨਹੀਂ ਮੈਂ ਜ਼ਿਆਦਾਤਰ
8th तक इथे पढ़या। अच्छा केड़े स्कूल च? मैं पूरे खुर्द पढ़े। यार पूरे खुर्द वाले टीचर भी देख रहे हैं, उन्होंने भी देखना है मुंडा पूरे खुर्द च पढ़या है। हां जी। अच्छा फिर उस तो बाद जलंधर चले गए या किथे चले गए? जलंधर। अच्छा उथे किथे पढ़े? मैं जलंधर जी काला संगे पढ़या जी ते उगी पढ़या जी। अच्छा जी। पढ़ाई जरूरी है शुरू करता सी। वाह। कैमरे के पिछे बंदे ने मैनू कहा सी कहंदा जी म्यूजिक करके पढ़ाई छुट गई थी, फिर पढ़ाई करके फिर म्यूजिक करके पढ़ाई शुरू हो गई है। म्यूजिक करके पढ़ाई छुट्टी थी, फिर म्यूजिक करके पढ़ाई शुरू हो गई। हाँ जी। तो गाने का परिवार से पहला कोई शौक थी किसी को कि नहीं? बड़े ब्रदर नु हैगा सी। मैं पूछना ही चाहता थी उन्होंने, मैं नाल लेके आया ऐसे करके नानक सौ सामने नानक बैठा नानक आओ वेखो सामने दर्शक भी विखा दिया। उन्होंने कहना साडा सीन ही लाया मोटर साडी वरत ली है ते साडा किते नाथ ही नहीं लिया पतंदरां ने हैं ओ बैठे ने सारे। नानक जी हाथ खड़ा कर दियो। सत श्री अकाल जी। नानक नु भी आपां सुनना है। सो ए पहला गाउंदे सी है? हां जी। इन्हां तो हारमोनियम इन्हां तो सिखिया फिर? हां जी जी। जिद्दां राग उस्ताद पंडित राम आसरा जी चूड वाले उन्हां तो सिखे हुए। ये ना सा हारमोनियम ते हाथ जिदा रखाया सी गए ना ही दिखाया सी। ओके इन्हें रखाता सी। हाँ जी। चलो वेरी गुड। सो वधिया गल हुंदी ना घर च जिस तरह का माहौल होवे ते उस तरह के अगे फिर कितना ना कितने असर नज़र आ जाता। हाँ जी। हुण अजकल कितने रह रहे हो? मैं शाहकोट रह रहे सोलजगीर। सोलजगीर शाहकोट। हाँ जी। उत्थे फिर सेवा नाल नबारे नाल म्यूजिक सीख? हाँ जी। हुण फिर की सुनाओगे सानू? वारिशाह जी दी हीर। वारिशाह दी हीर। वाह जी। सो आओ सुनदे फिर वारिशाह दी हीर सुना रहा मेरा वीर। कट इट। अलहम्द खुदा माशूक है नबी रसूल मिया इश्क पीर फकीर दा मर्तबा है आशक उस दे है न वजीर मियां हीर आख दी जोगिया झूठ बोले कौन रुठड़े यार मनाम दा वे ऐसा कोई ना
ਆ ਜੀ ਹੀਰ ਸੁਣੀ ਹੁਣ ਆਪਾਂ ਗੁਰਜੀਤ ਦੀ ਆਵਾਜ਼ ਦੇ ਵਿੱਚ। ਗੁਰਜੀਤ, ਜ਼ਿੰਦਗੀ ਦਾ ਅਗਲਾ ਕੀ ਹੈ, ਮੈਂ ਕੀ ਸੋਚਿਆ ਰਿਲੀਜੀਅਸ ਆਪਦੀ ਫੀਲਡ ਦੇ ਵਿੱਚ ਹੀ ਹਾਜ਼ਰੀ ਲਵਾਉਣੀ ਆ ਜਾਂ ਕਮਰਸ਼ੀਅਲੀ ਵੀ ਜਾਂ ਗਜ਼ਲ ਵੀ ਗਾ ਲੈਂਦੇ ਹੋ ਜਾਂ ਕੋਈ ਇੱਧਰ ਨੂੰ ਵੀ ਜਾਣਾ? ਨਹੀਂ, ਜਿੱਦਾਂ ਮਿਊਜ਼ਿਕ ਦਾ ਮੇਰੀ ਲਾਈਫ ਹੈ ਮਿਊਜ਼ਿਕ ਆ, ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਮਿਊਜ਼ਿਕ ਦੇ ਵਿੱਚ ਹੀ ਕੁਛ ਕਰਾਂ। ਫਿਲਹਾਲ ਮਿਊਜ਼ਿਕ ਟੀਚਰ ਐਂਡ ਮਿਊਜ਼ਿਕ ਕਲਾਸੀਕਲ ਵੀ ਸਿੱਖਿਆ ਤੁਸੀਂ? ਹਾਂਜੀ, ਕਲਾਸੀਕਲ ਦੀ ਕੋਈ ਕਵਾਨਗੀ ਪੇਸ਼ ਹੋ ਜਾਵੇ ਜ਼ਰੂਰ ਸਰ। ਸੋ ਆ ਜੀ ਸੁਣਦੇ ਫਿਰ ਆਪਾਂ ਕਲਾਸੀਕਲ। Come on, 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 come on,